ਹੁਣ ਤੁਸੀਂ ਆਖੋਗੇ ਵੀ ਮੱਸੇ ਰੰਗਣ ਨੇ ਕੀਤੀ ਬੇਅਦਬੀ, ਸਿਰ ਦਿੱਤਾ ਵਾਢਾ ਤੇ ਗੱਲ ਗਈ ਨਿਬੜ। ਇਹ ਕੀ ਲੋੜ ਪੈ ਗਈ ਵੀ ਉਥੋਂ ਸਿਰ ਵੱਢਿਆ ਅੰਮ੍ਰਿਤਸਰੋਂ ਤੇ ਲੈ ਕੇ ਬੀਕਾਨੇਰ ਆਏ ਨੇ, ਉੱਥੇ ਹੀ ਕਿਧਰੇ ਅੱਗ ਉਗਲਾ ਕੇ ਫੂਕ ਦਿੰਦੇ। ਤੁਸੀਂ ਸਮਝਿਓ ਕਿ ਵਿਚਾਰਧਾਰਾ ਕੀ ਹੈ। ਮੱਸਾ ਰੰਗੜ ਨੇ ਸ਼ਰੇਆਮ ਸਿੱਖ ਜਗਤ ਦੇ ਸਭ ਤੋਂ ਮੁਕੱਦਸ ਸਥਾਨ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦੇ ਹੋਏ ਵਾਰ ਵਾਰ ਇਹ ਅਲਫਾਜ਼ ਪ੍ਰਗਟ ਕੀਤੇ ਸਨ, ਉਹ ਦੁਨੀਆ ਵਾਲਿਓ ਆਹ ਵੇਖੋ ਮੱਸਾ ਰੰਗੜ ਬੈਠਾ ਹੈ। ਜਿੱਥੇ ਸਿੱਖ ਜਗਤ ਦਾ ਸਿਧਾਂਤ ਕਾਇਮ ਹੈ ਉੱਥੇ ਮਨ ਮਰਜ਼ੀਆਂ ਕਰ ਰਿਹਾ ਹਾਂ, ਰੰਗ ਰਲੀਆਂ ਮਨਾ ਰਿਹਾ ਹਾਂ। ਤੁਸੀਂ ਆਉਂਦੇ ਹੋ ਨਾ ਖਾਲਸਾ ਗੈਰ ਸਿਧਾਂਤਕ ਲੋਕਾਂ ਨੂੰ ਆਪਣੀ ਰੂਹੇ ਜ਼ਮੀਨ ਤੇ ਟਿਕਣ ਨਹੀਂ ਦਿੰਦਾ, ਅੱਜ ਵੇਖੋ ਮੱਸੇ ਰੰਗੜ ਦੇ ਸਾਵੇਂ ਕਿਹੜਾ ਖਾਲਸਾ ਟਿਕ ਗਿਆ ਹੈ। ਬਹੁਤ ਗੱਜ ਵੱਜ ਕੇ ਐਲਾਨ ਕਰਿਆ ਕਰਦਾ ਸੀ ਤੇ ਸਿੰਘਾਂ ਨੇ ਜਦੋਂ ਸਿਰ ਵੱਢਿਆ ਨਾ ਮੱਸੇ ਰੰਗੜ ਦਾ, ਨੇਜੇ ਤੇ ਟੰਗ ਕੇ ਦੁਨੀਆ ਨੂੰ ਜਲਵਾ ਵਖਾਉਂਦੇ ਹੋਏ ਪੈਂਡਾ ਕੀਤਾ ਸੀ ਵੀ ਜਿਹੜਾ ਸਾਡੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰੇਗਾ, ਸਾਡੇ ਮੁਕੱਦਸ ਅਸਥਾਨ ਦਾ ਸਿਧਾਂਤ ਚਕਨਾ ਚੂਰ ਕਰੇਗਾ, ਉਹ ਸਾਵਧਾਨ ਹੋ ਜਾਵੇ, ਉਹਦੇ ਧੜ ਤੇ ਉਹਦਾ ਸਿਰ ਨਹੀਂ ਰਵੇਗਾ, ਸਿਰ ਸਿੰਘਾਂ ਦੇ ਨੇਜਿਆਂ ਤੇ ਟੰਗੇ ਜਾਣਗੇ। ਤੁਹਾਨੂੰ ਕੁਝ ਐਸੇ ਕਰਮ ਕਰਨੇ ਪੈਂਦੇ ਨੇ ਖੌਫ ਪੈਦਾ ਕਰਨ ਦੇ ਲਈ, ਨਜਾਇਜ਼ ਨਹੀਂ ਜਾਇਜ਼ ਜਿਹੜਾ ਸਿਧਾਂਤ ਦੀ ਉਲੰਘਣਾ ਕਰੇ। ਮੈਂ ਤੇ ਕਹਿੰਦਾ ਭਾਈ ਜੇ ਕੋਈ ਹਿੰਦੂ ਵੀਰਾਂ ਦੇ ਮੰਦਰ ਨੂੰ ਟਹਿਤੇਰੀ ਕਰਦਾ ਉਹਦੀ ਵੀ ਸੇਵਾ ਹੋਣੀ ਚਾਹੀਦੀ, ਦਾਨ ਫਿਰਨੀ ਚਾਹੀਦੀ। ਜੇ ਕੋਈ ਕਿਸੇ ਦੀ ਮਸਜਿਦ ਢਾਉਂਦਾ ਹੈ ਉਹਦੀ ਵੀ ਸੇਵਾ ਹੋਣੀ ਚਾਹੀਦੀ। ਪਰ ਉਹ ਇਸਲਾਮ ਦਾ ਤੇ ਪਹਿਰਾ ਨੂੰ ਬੜਾ ਢਿੱਲਾ ਹੈ, ਉਹ ਗੈਰਾਂ ਨੇ ਤੇ ਕੀ ਮਸਜਿਦ ਢਾਉਣੀ ਹੈ, ਉਹ ਸ਼ੀਆ ਸੁਨੀ ਇੱਕ ਦੂਜੇ ਦੀਆਂ ਹੀ ਮਸਜਿਦਾਂ ਢਾਈ ਜਾਂਦੇ। ਸੁਨੀਆਂ ਦਾ ਜ਼ੋਰ ਹੈ, ਸ਼ੀਆ ਤੇ ਨਾ ਮਾਤਰ ਹੀ ਰਹਿ ਗਏ। ਪਰ ਕੋਈ ਵੀ ਧਾਰਮਿਕ ਸਥਾਨ ਹੈ ਉਹਨੂੰ ਢਾਉਣਾ ਇਹ ਇਨਸਾਨੀਅਤ ਨਹੀਂ ਹੈ। ਜਿਹੜਾ ਸਿੱਖ ਜਗਤ ਦੇ ਸਿਧਾਂਤ ਨੂੰ ਛਲਨੀ ਕਰਦਾ ਹੈ ਉਹਨੂੰ ਫਿਰ ਸਿੱਖ ਢਾ ਦਿੰਦੇ। ਜੇ ਬੜੇ ਬੜੇ ਮੱਸਾ ਰੰਗੜ ਵਰਗੇ ਅਹੰਗ ਦੇ ਵਿੱਚ ਚੂਰ ਲੋਕਾਂ ਨੇ ਬੇਅਦਬੀ ਕੀਤੀ ਸਥਾਨ ਦੀ ਤੇ ਸਿੰਘਾਂ ਢਾ ਲਿਆ, ਬੀਬੀ ਇੰਦਰਾ ਗਾਂਧੀ ਨੇ ਸਾਡੇ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕੀਤੀ ਤੇ ਸਿੰਘਾਂ ਨੇ ਗੁਰਾ ਗੁਰ ਮਿਟਾ ਤਾ। ਇਹ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਧਾਰਮਿਕ ਸਥਾਨ ਹੈ ਭਾਈ ਜੀ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ। ਸਤਿਕਾਰ ਅਗਲੇ ਦਾ ਕਰੋ ਤੇ ਆਪਣਾ ਕਰਵਾਓ। ਸਤਿਕਾਰ ਨੂੰ ਸਤਿਕਾਰ ਹੈ, ਸਾਰਿਆਂ ਨੂੰ ਆਪਣਾ ਪਾਵਨ ਸਥਾਨ ਆਪਣਾ ਪਿਤਾ ਗੁਰੂ ਪਰਮੇਸ਼ਰ ਪਿਆਰਾ ਹੈ। ਜੇ ਕੋਈ ਹਿੰਦੂ ਮੂਰਤੀ ਦੀ ਬੇਅਦਬੀ ਨਹੀਂ ਜਰ ਸਕਦਾ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ 'ਚ ਲੱਗੀ ਗੋਲੀ ਨਹੀਂ ਜਰ ਸਕਦੇ ਤੇ ਸਜ਼ਾ ਮੌਤ ਹੀ ਹੈ ਇਹਦੀ, ਹੋਰ ਕੋਈ ਹੀਲਾ ਹੈ ਹੀ ਨਹੀਂ, ਕਿਉਂਕਿ ਕੋਰਟ ਨੇ ਤੇ ਕਰਨਾ ਕੁਝ ਨਹੀਂ ਹੁੰਦਾ, ਕੋਰਟ ਕੁਝ ਨਹੀਂ ਕਰਦਾ। ਉੱਥੇ ਝੂਠੇ ਗਵਾਹ ਜਾਂਦੇ ਨੇ, ਮੁਕੱਦਮੇ ਏਦਾਂ ਹੀ ਰਫਾ ਦਫਾ ਕਰ ਦਿੱਤੇ ਜਾਂਦੇ ਨੇ, ਘੱਟ ਗਿਣਤੀਆਂ ਨੂੰ ਨਿਆਂ ਆਪ ਹੀ ਲੈਣਾ ਪੈਂਦਾ ਹੈ। ਚਲੋ ਸੂਰਿਆ ਨੇ ਜੋ ਕਰਨਾ ਸੀ ਉਹ ਕੀਤਾ, ਮੱਸਾ ਰੰਗੜ ਨੂੰ ਬਣਦੀ ਸਜ਼ਾ ਦਿੱਤੀ ਗਈ, ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਲੈ ਲਿਆ ਗਿਆ।
ਇਹ ਗੁਰਦੁਆਰੇ ਕਾਹਦੇ ਲਈ ਨੇ? ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇਹ ਗੁਰਮਤ ਦੀ ਸੋਝੀ ਪ੍ਰਫੁੱਲਤ ਕਰਨ ਲਈ ਨੇ, ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਨੇ। ਇੱਥੇ ਕੁਕਰਮ ਬਰਦਾਸ਼ਤ ਨਹੀਂ ਹੁੰਦਾ। ਬਾਬਾ ਸੁਖਾ ਸਿੰਘ, ਮਹਿਤਾਬ ਸਿੰਘ, ਇਹਨਾਂ ਦਾ ਜੀਵਨ ਬੜਾ ਲੰਬੇਰਾ ਹੈ। ਘੱਲੂਘਾਰੇ ਵਿੱਚ ਵੀ ਰੋਲ ਅਦਾ ਕੀਤਾ ਬਾਬਾ ਸੁਖਾ ਸਿੰਘ। ਮਾੜੀ ਕੰਬੋਕੀ ਨੇ ਬੜਾ ਘਮਸਾਨ ਦਾ ਯੁੱਧ ਲੜਿਆ, ਗਿਲਜਿਆਂ ਨੂੰ ਮਿੱਟੀ ਵਿੱਚ ਮਿਲਾਏ, ਉਦੋਂ ਹੱਥ ਕਰਦਾ ਰਿਹਾ ਸੂਦਾ। ਬਹੁਤ ਲੰਬੇਰਾ ਇਤਿਹਾਸ ਹੈ। ਮੁਕਦੀ ਗੱਲ ਇਹ ਹੈ, ਜਿਹੜਾ ਧਰਮ ਦੀ, ਮਜ਼ਹਬ ਦੀ, ਇਨਸਾਨੀਅਤ ਦੀ ਝੋਲੀ ਕੁਝ ਪਾਉਂਦਾ ਹੈ ਉਹਦਾ ਦੁਨੀਆ 'ਤੇ ਨਾਮ ਰਹਿ ਜਾਂਦਾ ਹੈ, ਅਤੇ ਜਿਹੜਾ ਕੁਝ ਨਹੀਂ ਕਰ ਪਾਉਂਦਾ ਉਹਦਾ ਨਾਮ ਮਿੱਟੀ ਹੋ ਜਾਂਦਾ ਹੈ। ਜੈਕਾਰ ਕੀ ਉਹ ਧਰਮੀਓ ਕਾ ਪਾਪੀ ਕਹੋ ਦੰਡ ਦਿਓ। ਤੋ ਇਉਂ ਧਰਮੀਆਂ ਦੀ ਸਦਾ ਜੈ ਜੈਕਾਰ ਰਹੀ। ਆਪਾਂ ਇੱਥੇ ਸੱਜ ਬੈਠੇ ਹਾਂ ਪਿੰਡ ਬੁੱਢਾ ਜੌੜਾ, ਔਰ ਇੱਕ ਜੋ ਸੰਸਥਾ ਹੈ ਆਪ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ, ਚੇਅਰਮੈਨ ਭਾਈ ਮਹਿੰਦਰ ਸਿੰਘ ਜੀ ਚੱਠਾ, ਨਾਲ ਉਹਨਾਂ ਦੇ ਸਾਥੀ ਭਾਈ ਅਵਤਾਰ ਸਿੰਘ ਜੀ ਕਲੇਰ, ਭਾਈ ਅਮਨਪ੍ਰੀਤ ਸਿੰਘ ਜੀ ਬੈਂਸ, ਇਹ ਸਾਰੇ ਜਿੱਥੇ ਗੁਰਧਾਮਾਂ ਦੀ ਸੇਵਾ ਕਰਵਾਉਂਦੇ ਨੇ, ਜਿੱਥੇ ਤਨ ਦੀ ਖੁਰਾਕ ਲਈ ਲੰਗਰ ਚੱਲਦੇ ਨੇ, ਮਨ ਦੀ ਖੁਰਾਕ ਲਈ ਕਥਾ ਕੀਰਤਨ ਹੁੰਦਾ ਹੈ, ਮੈਡੀਕਲ ਫੈਸਿਲਿਟੀਜ਼ ਲਈ ਇਹ ਹੌਸਪੀਟਲ ਵੀ ਤੁਹਾਡੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ, ਔਰ ਇਹ ਸਿੱਖ ਸੰਸਥਾਵਾਂ ਆਪਾਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਵੇਖੀਆਂ ਨੇ, ਇਹ ਸੇਵਾਵਾਂ ਕਰਦੀਆਂ ਨੇ। ਇਹ ਚੱਲਦਾ ਕਾਹਦੇ ਨਾਂ ਹੈ? ਦਸਵੰਧ ਨਾਲ। ਅਤੇ ਦਸਵੰਧ ਕਿਸੇ ਪੁਜਾਰੀ ਨੇ ਨਹੀਂ ਸ਼ੁਰੂ ਕੀਤਾ। ਮੈਂ ਕਈ ਵਾਰ ਹੈਰਾਨ ਰਹਿ ਜਾਂਦਾ, ਕਈ ਕੁਤਰਕੀ ਪ੍ਰਚਾਰਕ ਆਖਣ ਦਿਓ ਜੀ ਗੋਲਕ ਚ ਮਾਇਆ ਨਾ ਪਾਓ ਜੀ, ਦਸਵੰਧ ਨਾ ਦਿਓ ਜੀ। ਮੈਂ ਸੋਚੀ ਪਿਆ ਹੁੰਦਾ ਵੀ ਇਹ ਭਾਈ ਜਿਹੜੀ ਤੂੰ 1-2 ਕਰੋੜ ਦੀ ਗੱਡੀ ਰੱਖੀ ਹੈ, ਜਾਂ ਤੂੰ 30-40 ਕਿੱਲਿਆਂ 'ਤੇ ਕੋਠੀ ਜੀ ਪਾਲੀ ਹੈ, ਜਾਂ ਤੇਰਾ ਟਿਕਟ ਦਾ ਖਰਚਾ ਹੈ, ਜਹਾਜ਼ਾਂ 'ਤੇ ਘੁੰਮਣ ਦਾ ਖਰਚਾ ਹੈ, ਪਲ 'ਤੇ ਤੂੰ ਵੀ ਸੰਗਤ ਦੇ ਦਸਵੰਧ ਨਾਲ ਹੀ ਰਿਹਾ ਹੈ, ਤੇਰੀ ਕਿਹੜੀ ਲਾਟ ਨਹੀਂ ਲੱਗੀ? ਪੁਜਾਰੀ ਪੁਜਾਰੀ ਕਹਿ ਕੇ ਪਿੱਟਣੇ ਪਾਈ ਜਾਣਗੇ। ਪੁਜਾਰੀ ਸਿਸਟਮ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਹਾ ਛਾਣੈ ਸੇ। ਕਹਿੰਦੇ ਕਿਰਤ ਕਰ, ਨਾਮ ਜਪ, ਵੰਡ ਛਕ, ਚੰਗਾ ਪਾ, ਚੰਗਾ ਖਾ, ਚੰਗਾ ਹੰਢਾ, ਤੇ ਦਸਵੰਧ ਕੱਢਿਆ ਕਰ। ਗਰੀਬ ਗੁਰਬੇ ਦੀ ਮਦਦ ਕਰਿਆ ਕਰ। ਜਦੋਂ ਤੁਸੀਂ ਦਸਵੰਧ ਕੱਢਦੇ ਹੋ, ਫਿਰ ਸਿੱਖੀ ਪ੍ਰਫੁੱਲਤ ਕਰਨ ਲਈ ਸੁੰਦਰ ਇਮਾਰਤਾਂ ਬਣਦੀਆਂ ਨੇ, ਅੱਤ ਉੱਚਾ ਤਾਂਕਾ ਦਰਬਾਰਾ ਗੁਰਦੁਆਰੇ ਬਣਦੇ ਨੇ, ਮਰੀਜ਼ਾਂ ਦੇ ਲਈ ਹੌਸਪੀਟਲ ਬਣਦੇ ਨੇ, ਦੁਨਿਆਵੀ ਵਿਦਿਆ ਲਈ ਸਕੂਲ ਕਾਲਜਿਸ ਚੱਲਦੇ ਨੇ। ਕੋਈ ਵੀ ਸੰਸਥਾ ਇਹ ਕੰਮ ਕਰਦੀ ਹੈ, ਸੰਗਤ ਦੇ ਦਸਵੰਧ ਦੇ ਸਹਿਤ ਹੀ ਇਹ ਕਾਰਜ ਨੇਪਰੇ ਚੜ੍ਹਦੇ ਨੇ। ਇਹ ਸਿਧਾਂਤ ਪ੍ਰਗਟ ਰਹੇ, ਸਿੱਖੀ ਪ੍ਰਫੁੱਲਤ ਰਹੇ।